मैनेजमेंट मुर्दाबाद 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 मिल मैनेजमेंट मुर्दाबाद 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 सेंटर सरकार मुर्दाबाद 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 सेंटर सरकार मुर्दाबाद 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 किसानों नाल धक्का कराउण वाला प्रशासन मुर्दाबाद 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 किसानों की लुट कराउण वाला प्रशासन मुर्दाबाद 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 गन्ने की रहनी पेमेंट जारी करो जारी करो जारी करो गन्ने की रहनी पेमेंट जारी करो जारी करो जारी करो गन्ने की रहनी पेमेंट जारी करो जारी करो जारी करो धूरी दी शुगर मिल वालों किसानां दी गन्ने दी पेमेंट ना कीते जाण दे चलदे किसानां वालों धूरी लुधियाणा हाईवे ते बने नहर दे पुल ते जाम लगा के सरकार अते शुगर मिल मैनेजमेंट खिलाफ रोश प्रदर्शन कीता गया। किसानां दा कहना सी कि पिछले साल दी पेमेंट जो बकाया है उस दा भुगतान मिल वालों नहीं कीता जा रहा अते नाल ही इस साल भी मिल नूं चलदे नूं 1 महीने तो उपर दा समां हो गया है पर किसानां दी पेमेंट मिल वालों जारी नहीं की जा रही जिस दे चलदे उन्हां नूं मजबूरन सड़कां ते जाम लगाउणा पै रहा है। इस धरने विच पंजाब दे नाल नाल हरियाणे दे किसानां ने भी वड्डी गिनती विच शमूलियत कीती। ਉੱਥੇ ਵੀ ਸਾਨੂੰ ਫਿਰ ਤੁਸੀਂ ਕਹਿਣਾ ਕਿ ਕਿਸਾਨਾਂ ਦੇ ਇਸ ਰੋਸ਼ ਪ੍ਰਦਰਸ਼ਨ ਦੇ ਚੱਲਦੇ ਸੰਗਰੂਰ ਲੁਧਿਆਣਾ ਹਾਈਵੇ 'ਤੇ ਕਈ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਅਤੇ ਆਉਣ ਜਾਣ ਵਾਲਿਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦਾ ਕਹਿਣਾ ਸੀ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸ਼ੂਗਰ ਮਿਲ ਮੈਨੇਜਮੈਂਟ ਉਹਨਾਂ ਦੀ ਪੇਮੈਂਟ ਦੇਣ ਤੋਂ ਇਨਕਾਰ ਕਰ ਰਹੀ ਹੈ। ਪਿਛਲੇ 3 ਸਾਲਾਂ ਤੋਂ ਉਹ ਪੇਮੈਂਟ ਲਈ ਸੰਘਰਸ਼ ਕਰ ਰਹੇ ਹਨ ਅਤੇ ਹਰ ਵਾਰ ਸੰਘਰਸ਼ ਤੋਂ ਬਾਅਦ ਹੀ ਉਹਨਾਂ ਨੂੰ ਪੇਮੈਂਟ ਦਿੱਤੀ ਜਾਂਦੀ ਹੈ। ਇਸ ਵਾਰ ਤਾਂ ਪ੍ਰਸ਼ਾਸਨ ਵੀ ਸ਼ੂਗਰ ਮਿਲ ਮੈਨੇਜਮੈਂਟ ਦੇ ਨਾਲ ਮਿਲ ਕੇ ਉਹਨਾਂ ਨੂੰ ਧਮਕੀਆਂ ਦੇ ਰਿਹਾ ਹੈ। ਸਾਡੀ ਕਦੇ ਨੀ ਸਮਝ ਰਹੇ ਪ੍ਰੋਬਲਮ ਤੁਸੀਂ ਇਹ ਮੇਰਾ ਮਨ ਖਰਾਬ ਹੁੰਦਾ ਪਰਮਾਤਮਾ ਦੀ ਹਰਜੀਤ ਸਿੰਘ ਬੁਗਰਾ ਜੀ ਅੱਜ ਜੋ ਤੁਸੀਂ ਸਵੇਰ ਦੇ ਧਰਨੇ ਤੇ ਬੈਠੇ ਕੀ ਕਹਿਣਾ ਚਾਹੁੰਦੇ ਕੀ ਪ੍ਰੋਬਲਮ ਆ ਤੁਹਾਡੀ ਪ੍ਰੋਬਲਮ ਤਾਂ ਜੀ ਪਹਿਲਾਂ ਕਈ ਸਾਲਾਂ ਤੋਂ ਚੱਲਦੀ ਆਉਂਦੀ ਆ ਉਰੇ ਧੂਰੀ ਭਗਵਾਨਪੁਰਾ ਸ਼ੂਗਰ ਮਿੱਲ ਆ ਡੀ ਪੀ ਜਾਦਵਾਂ ਦੀ ਯੂਪੀ ਵਾਲਿਆਂ ਦੀ ਜਿਹੜੇ ਹੁਣ ਵੀ ਇਲੈਕਸ਼ਨ ਲੜਦੇ ਨੇ ਪਹਿਲਾਂ ਵੀ ਐਮ ਪੀ ਰਹੇ ਨੇ ਬੀਜੇਪੀ ਤੋਂ ਉਹ ਗੰਨਾ ਪੀੜਦੇ ਨੇ ਕਿਸਾਨਾਂ ਤੋਂ ਲੈ ਕੇ ਚੀਨੀ ਵੇਚਦੇ ਨੇ ਭੱਜ ਜਾਂਦੇ ਨੇ ਸਾਲ ਸਾਲ ਦੋ ਦੋ ਸਾਲ ਪੈਸਾ ਨਹੀਂ ਦਿੰਦੇ
ਜਿੱਦਾਂ ਮਿਲ ਚੱਲੀ ਆ ਸਾਡੀ ਉਹਨਾਂ ਨਾਲ ਗੱਲ ਹੋਈ ਆ, ਉਹ ਕਹਿੰਦੇ ਤੇ 14 ਦਿਨਾਂ ਦੇ ਵਿੱਚ ਵਿੱਚ ਤੁਹਾਡੀਆਂ ਪੇਮੈਂਟਾਂ ਕਰਾਂਗੇ, ਪੁਰਾਣੀ ਬਕਾਇਆ ਪੇਮੈਂਟ ਜਾਰੀ ਕਰ ਦਿਆਂਗੇ। ਹੁਣ 2 ਕਰੋੜ ਰੁਪਈਆ ਤਾਂ ਪਿਛਲੇ ਸਾਲ ਦਾ ਰੱਖੀ ਖੜੇ ਨੇ, ਮਹੀਨਾ 1 ਦੀ ਮਿਲ ਚੱਲਦੀ ਨੂੰ ਹੋ ਗਿਆ 1 ਦੀ ਫੇਰ ਪੈਸਾ ਦੱਬਲਿਆ। ਅਸੀਂ ਇਸ ਗੱਲ 'ਚ ਕਈ ਵਾਰੀ ਪ੍ਰਸ਼ਾਸਨ ਨੂੰ ਕਹਿ ਲਿਆ, ਪਰ ਕਿਸਾਨ ਦੀ ਕੋਈ ਵੀ ਮਤਲਬ ਸਾਰ ਨਹੀਂ ਲੈਂਦਾ, ਉਹ ਵੱਡੇ ਘਰਾਣੇ ਨੇ ਸਾਰਾ ਕੁਝ। ਮਤਲਬ ਹੁਣ ਮੈਂ ਇੱਥੋਂ ਤੱਕ ਕਹੂੰਗਾ ਵੀ ਸਾਰਾ ਸਿਸਟਮ ਉਹਨਾਂ ਨਾਲ ਰਲਿਆ ਹੋਇਆ, ਸਾਡੇ ਕੋਲੇ ਦੇਣ ਨੂੰ ਕੁਝ ਨਹੀਂ, ਉਹ ਪਤਾ ਨਹੀਂ ਕਿੱਥੇ ਕੀ ਕੀ ਦਿੰਦੇ ਨੇ। ਬਹੁਤ ਵਾਰੀ ਸਮਝੌਤੇ ਵੀ ਹੋ ਗਏ ਤੁਹਾਡੇ? 45 ਵਾਰੀ ਜੀ, ਜਿਹਦੇ 'ਚ ਚੀਫ ਐਗਰੀਕਲਚਰ ਤੱਕ ਦੇ ਸਾਈਨ ਨੇ ਸਮਝੌਤਿਆਂ 'ਚ, ਨਾਇਬ ਤਹਿਸੀਲਦਾਰ ਸਾਹਿਬਾਂ ਦੇ ਸਾਈਨ ਨੇ, ਪਰ ਉਹਨਾਂ 'ਤੇ ਕੋਈ ਕਾਰਵਾਈ ਨਹੀਂ, ਹਾਲਾਂਕਿ ਕਿਸਾਨ ਨੂੰ ਹੀ ਧਮਕਾਇਆ ਜਾਂਦਾ। ਕਦ ਤੱਕ ਤੁਹਾਡਾ ਪ੍ਰੋਸੈਸ ਚੱਲੂਗਾ? ਜਿੰਨਾ ਚਿਰ ਸਾਡਾ ਕੋਈ ਪੱਕਾ ਹੱਲ ਨਹੀਂ ਨਿਕਲਦਾ ਜੀ। ਇਹ ਭਗਵਾਨਪੁਰਾ ਸ਼ੂਗਰ ਮਿੱਲ ਵੱਲ ਪਿਛਲੇ ਸਾਲ ਦੀ ਹੈ, ਜੋ ਤਕਰੀਬਨ 2.25 ਕਰੋੜ ਰੁਪਈਆ ਤਾਂ ਪਿਛਲੇ ਸੀਜ਼ਨ ਦਾ ਰਹਿ ਰਿਹਾ। ਇਸ ਵਾਰ ਦਾ ਸਾਡੇ ਨਾਲ ਸ਼ੂਗਰ ਕੇਨ ਦਾ ਜੋ ਐਕਟ ਸੀ ਉਹਦੇ ਮੁਤਾਬਕ ਸਾਡੇ ਨਾਲ ਵਾਅਦਾ ਕੀਤਾ ਸੀ ਵੀ 14ਵੇਂ ਦਿਨ ਤੁਹਾਡੀ ਪੇਮੈਂਟ ਪਊਗੀ, ਪਰ ਅੱਜ 22 ਦਿਨ ਹੋ ਗਏ। ਉਸ ਦੇ ਸੰਬੰਧ ਵਿੱਚ 16.5 ਕਰੋੜ ਰੁਪਈਆ ਇਹ ਬਣਦਾ, ਪਰ ਜਦੋਂ ਅਸੀਂ ਪ੍ਰਸ਼ਾਸਨ ਨੂੰ ਮਿਲਦੇ ਹਾਂ, ਜਦੋਂ ਤਾਂ ਇਹੋ ਜਿਹੇ ਅਸੀਂ ਜਾਮ ਲਾ ਲੈਂਦੇ ਹਾਂ, ਉਦੋਂ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਵੀ ਤੁਹਾਡੀ ਪੇਮੈਂਟ ਪਵਾਉਂਦੇ ਹਾਂ, ਪਰ ਨਹੀਂ, ਉਸ ਤੋਂ ਬਾਅਦ ਬਿਲਕੁਲ ਨਹੀਂ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰਦਾ, ਹਾਲਾਂਕਿ ਪ੍ਰਸ਼ਾਸਨ ਸਾਨੂੰ ਧਮਕਾਉਣ ਦੀਆਂ ਤਿਆਰੀਆਂ ਕਰ ਰਿਹਾ। ਅੱਜ ਤੁਸੀਂ ਸਵੇਰ ਤੋਂ ਬੈਠੇ ਹੋ, ਪ੍ਰਸ਼ਾਸਨ ਵੱਲੋਂ ਕੋਈ ਦਿੱਤਾ ਗਿਆ ਕੋਈ ਆਸ਼ਵਾਸਨ? ਪ੍ਰਸ਼ਾਸਨ ਵੱਲੋਂ SDM ਦਫ਼ਤਰ ਮੀਟਿੰਗ ਹੋਈ ਸੀ, ਉਸ ਦੇ ਵਿੱਚ ਸ਼ੂਗਰ ਮਿੱਲ ਮੈਨੇਜਮੈਂਟ ਵੀ ਬੁਲਾਈ ਸੀ, ਉਹਦੇ ਵਿੱਚ ਜੋ ਉਹਨਾਂ ਨੇ ਪੈਸੇ ਪਾਉਣ ਨੂੰ ਕਰਿਆ ਸੀ ਅਸੀਂ ਉਹ 'ਤੇ ਐਗਰੀ ਨਹੀਂ ਹੋਏ, ਕਿਉਂਕਿ 85 ਤੋਂ 90 ਲੱਖ ਰੁਪਏ ਦੀ ਡੇਲੀ ਇਹ ਮਿੱਲ ਪੜਾਈ ਕਰਦਾ, ਪ੍ਰਸ਼ਾਸਨ ਸਾਨੂੰ 30 ਤੋਂ 35 ਲੱਖ ਰੁਪਏ ਦੇ ਦਬਾਉਣ ਨੂੰ ਫਿਰ ਰਿਹਾ, ਕਿਉਂਕਿ ਅਸੀਂ ਪਿਛਲੇ ਸਾਲ ਵੀ ਜਲੀਲ ਹੋਇਆ, ਉਦੋਂ ਪਹਿਲੇ ਸਾਲ ਵੀ। ਸਾਨੂੰ ਇਹ ਲੱਗਦਾ ਵੀ ਜੇ ਇਸ ਵਾਰੀ ਅਸੀਂ ਨਾਲ ਦੀ ਨਾਲ ਪੇਮੈਂਟ ਨਾ ਲਈ ਤਾਂ ਸਾਨੂੰ ਅਗਲੇ ਸਾਲਾਂ 'ਚ ਵੀ ਜਲੀਲ ਹੋਣਾ ਪਊਗਾ। ਕਈ ਸਾਲ ਪਹਿਲਾਂ ਵੀ ਇੱਥੇ ਲੰਬਾ ਸੰਘਰਸ਼ ਕੀਤਾ ਸੀਗਾ, ਹਾਂਜੀ, ਉਸ ਤਰ੍ਹਾਂ ਦੀ ਪੋਜੀਸ਼ਨ ਤਾਂ ਨਹੀਂ ਆਏਗੀ? ਤਿੰਨ ਸਾਲ ਪਹਿਲਾਂ ਅਸੀਂ ਇਸੇ ਨਹਿਰ ਦੇ ਪੁਲ ਤੋਂ ਸੰਘਰਸ਼ ਨੂੰ ਸ਼ੁਰੂ ਕੀਤਾ ਸੀਗਾ, ਉਦੋਂ ਵੀ ਪ੍ਰਸ਼ਾਸਨ ਇਹ ਕਹਿੰਦਾ ਸੀ ਵੀ 1 ਦਿਨ ਦੀ 20 ਲੱਖ ਰੁਪਈਆ ਤੁਹਾਨੂੰ ਪੇਮੈਂਟ ਪਵਾ ਦਿੰਦੇ ਹਾਂ, ਪਹਿਲਾਂ ਤਾਂ ਸਾਨੂੰ ਇਹ ਕਹਿੰਦੇ ਤੇ ਵੀ ਸਾਡੇ ਕੋਲ 5 ਪੈਸੇ ਵੀ ਨਹੀਂ ਪਾਉਣ ਨੂੰ, ਫਿਰ 20 ਲੱਖ 'ਤੇ ਆਏ। ਇਸੇ ਪੁਲ ਦੇ ਉੱਪਰੋਂ ਸਾਡਾ ਡੇਲੀ ਦਾ 1.5 ਕਰੋੜ ਦਾ ਫੈਸਲਾ ਹੋਇਆ ਸੀ, 1.5 ਕਰੋੜ ਮੈਨੇਜਮੈਂਟ ਪਾਉਂਦੀ ਰਹੀ ਹੈ। ਫਿਰ ਕਦ ਤੱਕ ਸੰਘਰਸ਼ ਚੱਲੂਗਾ? ਇਹ ਸੰਘਰਸ਼ ਜਿੰਨਾ ਚਿਰ ਸਾਡੀ ਪੇਮੈਂਟ ਸਹੀ ਤਰੀਕੇ 'ਤੇ ਨਹੀਂ ਆਉਂਦੀ ਉਨਾ ਚਿਰ ਅਸੀਂ ਸੰਘਰਸ਼ ਨੂੰ ਜਾਰੀ ਰੱਖਾਂਗੇ ਜੀ। ਭਾਈ ਬਾਈ ਹੁਣ ਤਾਰੀ ਜੀ ਦੱਸੀ ਦਿੱਤਾ ਵੀ ਸਾਡੀ ਪਿਛਲੀ ਬਕਾਇਆ ਰਾਸੀ ਰਹਿੰਦੀ ਆ, ਉਹਦੇ ਸੰਬੰਧ ਵਿੱਚ 1.5 ਕਰੋੜ ਰੁਪਈਆ ਦਾ ਪੁਰਾਣਾ ਰਹਿੰਦਾ ਸਾਡੇ ਪਿਛਲੇ ਸਾਲ ਦਾ, ਹਰਿਆਣੇ ਵਾਲੇ ਦਾ ਰਹਿੰਦਾ, ਕੋਈ ਸਾਡਾ ਵੀਰਾਂ ਦਾ ਜੀ ਪੰਜਾਬ ਦਾ, ਅਤੇ ਬਾਕੀ ਇਹ 70 ਖਾਧੇ ਬਿਨਾ ਜਿਹੜੀ ਪੇਮੈਂਟ ਨਹੀਂ ਦਿੰਦੇ। ਅੱਜ ਸਵੇਰੇ ਇਹਨਾਂ ਨੇ 20 ਲੱਖ ਰੁਪਈਆ ਪਾਇਆ ਸੀਗਾ, ਜਦ ਅਸੀਂ ਰੋਡ 'ਤੇ ਆ ਗਏ ਹੁਣ ਇਹਨਾਂ ਨੇ 60 ਲੱਖ ਰੁਪਈਆ 'ਚ ਹੋਰ ਪਾਤਾ, ਕਹਿੰਦੇ 80 ਲੱਖ ਰੁਪਈਆ ਪਾਵਾਂਗੇ। ਹੁਣ ਕੱਲ੍ਹ ਵਾਲਾ ਜਿਹੜਾ ਕਹਾਂ ਸਾਨੂੰ ਦੱਸ ਨਹੀਂ ਰਿਹਾ ਕੁਛ, ਪ੍ਰਸ਼ਾਸਨ ਵੀ ਉੱਪਰ ਸਾਨੂੰ ਸੰਗਾ ਧਮਕੀਆਂ ਮਾਰ ਰਿਹਾ ਹੈਗਾ ਵੀ ਤੁਸੀਂ ਰੋਡ ਖਾਲੀ ਕਰ ਦਿਓ, ਚੋਣ ਜਾਬਤਾ ਲੱਗਿਆ ਹੈਗਾ। ਅਸੀਂ ਇਹਨਾਂ ਨੂੰ ਕਹਿੰਦੇ ਜਿੰਨਾ ਕੋਈ ਪੇਮੈਂਟ ਨਹੀਂ ਮਿਲਦੀ ਅਸੀਂ ਰੋਡ ਨਹੀਂ ਖਾਲੀ ਕਰਦੇ, ਸਾਡੇ ਦੇ ਪਰਚਾ ਦੇ ਦਿਓ, ਉਹਨਾਂ ਦੇ ਪਰਚਾ ਦੇ ਸਾਨੂੰ ਜੇਲ੍ਹ ਭੇਜ ਦਿਓ, ਜੇਲ੍ਹ ਭਗ ਜਾਗੇ ਨਾਲ ਪਹਿਲਾਂ ਪਰਚਾ ਉਹਨਾਂ ਦੇ ਬਣਦਾ, ਸਾਡੇ ਪੈਸੇ ਦੱਬੇ ਬੈਠੇ ਨੇ, ਉਹ 2-3 ਸਾਲਾਂ ਦੇ ਸਾਨੂੰ ਵਧੀਨ ਕਰ ਰਹੇ ਨੇ। 3 ਸਾਲ ਪਹਿਲਾਂ ਵੀ ਅਸੀਂ ਇਸ ਰੋਡ ਤੋਂ ਉਦੋਂ ਧਰਨਾ ਸ਼ੁਰੂ ਕਰਿਆ ਸੀਗਾ, ਉਹ ਲੜਾਈ ਲੜਦੇ ਲੜਦੇ ਉਦੋਂ ਤੱਕ ਆ ਗਏ, ਇਹ ਸਾਡੀ ਪੇਮੈਂਟ ਨਹੀਂ ਜਾਰੀ ਕਰ ਰਹੇ ਤੱਕ। ਕਦ ਤੱਕ ਤੁਹਾਡਾ ਧਰਨਾ ਜਾਰੀ ਹੋਊ? ਜਿੰਨਾ ਕੁ ਸਾਡੀ ਪੇਮੈਂਟ ਨਹੀਂ, ਜਿਹੜਾ ਸਰਕਾਰੀ ਐਕਟ ਬਣਿਆ ਐਕਟ ਦੇ ਹਿਸਾਬ ਨਾਲ ਪੇਮੈਂਟ ਪਾਉਣ ਲੱਗ ਗਈ, ਫਿਰ ਧਾਰਾ ਚੱਕਾਂਗੇ ਜੀ। 2 ਸਾਲ ਹੋ ਗਏ 1.5 ਕਰੋੜ ਰੁਪਇਆ ਹਰਿਆਣਾ ਕਾ ਜਾਂ ਬਕਾਇਆ ਪੜਾਈ ਸ਼ਮੇਲ ਮੈਂ, ਔਰ ਮੇਰੇ ਵੀਰ ਜਬ ਆਮ ਆਪਣਾ ਗੰਨਾ ਕੋ ਬੱਚਾ ਕੀ ਡਾਲ ਪਾਲ ਅਗਰ ਇਸਕੋ ਸੌਂਪ ਦੇਤੇ ਇਨਕੋ ਅੰਬਾਨੀ ਅਡਾਨੀ ਕੋ ਦੇਣੇ ਕੇ ਲੀਏ ਤੋ ਰੁਪਈਏ ਹੈ, ਲੇਕਿਨ ਕਿਸਾਨ ਕੇ ਦੇਣੇ ਕੇ ਲੀਏ ਰੁਪਈਏ ਨਹੀਂ ਇਨਕੇ ਪਾਸ। ਕਿਸਾਨ ਕੇ ਕਿਤਨੇ ਕੁ ਨੇ ਜਿਤਕੀ ਪੇਮੈਂਟ ਹੈ? ਹਾਂਜੀ, ਕਿਸਾਨ ਕੇ ਹਰਿਆਣੇ ਕੇ ਕਿਤਨੇ ਕੇ ਜੋ 1.5 ਕਰੋੜ ਬਤਾ ਦੀਆ ਪਿਛਲੇ ਸਾਲ ਕਾ? ਕਿੰਨੇ ਜਾਣੇ ਹੈ ਹਰਿਆਣੇ ਕੇ? ਕਾਫੀ ਹੈ, 70-80 ਆਦਮੀ ਆ ਰਹੇ ਹਮ। ਮੈਂ ਪਵਨ, ਜ਼ਿਲ੍ਹਾ ਜੀਂਦ ਸੇ ਹੂੰ, ਗੰਨਾ ਕਿਸਾਨ ਹੂੰ, ਔਰ ਦੂਰੀ ਸ਼ੂਗਰ ਮਿੱਲ ਮੈਂ ਗੰਨਾ ਡਾਲਿਆ ਥਾ, ਪਿਛਲੇ ਸਾਲ ਵੀ 5 ਲੱਖ ਕੇ ਕਰੀਬ ਰੁਪਏ ਬਕਾਇਆ। ਕਿਆ ਕਹਤੇ ਹੈ ਜੋ ਪੇਮੈਂਟ ਕੀ ਬਾਤ ਕਰ? ਪੇਮੈਂਟ ਕੇ ਬਾਰੇ ਮੈਂ ਕੁਛ ਨਹੀਂ ਕਹਤੇ, ਸਿਰਫ ਸਾਂਤਵਨਾ ਦਿੱਤੇ ਹੈ ਕਿ ਅਗਲੇ ਸੋਮਵਾਰ ਕੋ ਡਾਲ ਦੇਂਗੇ, ਅਗਲੇ ਸੋਮਵਾਰ ਕੋ ਡਾਲ ਦੇਂਗੇ। ਪਿੱਛੇ 21 ਦਿਨ ਪਹਿਲੇ ਵੀ ਰੋਡ ਜਾਮ ਕੀਆ ਥਾ, ਉਸਕਾ ਕੋਈ ਅਸਰ ਨਹੀਂ ਹੈ। ਖਰਚਾ ਪਾਣੀ ਫਿਰ ਕੈਸੇ ਚਲਤਾ ਹੁਣ? ਖਰਚਾ ਪਾਣੀ ਤੋਂ ਘਰ ਸੇ ਲੈ ਕੇ ਆਤੇ ਹੈ, ਯਹਾਂ ਪੂਰੀ ਰਾਤ ਸਰਦੀ ਮੈਂ, ਅਬ 7 ਦਿਨ ਹੋ ਗਏ ਆਏ ਹੋਏ, ਬਰਸਾਤ ਵੀ ਉੱਪਰ ਕੋ ਚਲੀ ਗਈ, ਰੱਬ ਜੀ ਭਾਈਓ ਕਾ ਸਹਾਰਾ ਮਿਲਾ ਹੈ ਤੋ ਅਬ ਰੋਡ ਪਰ ਬੈਠੇ ਹੈ। ਉੱਪਰ ਸੇ ਪੇਮੈਂਟ ਨਹੀਂ ਮਿਲੀ, ਖਰਚਾ ਵੀ ਆਪ ਕਰਨਾ? ਹਾਂ, ਖਰਚਾ ਵੀ ਵੱਧ ਰਿਹਾ ਹੈ ਔਰ ਸਰਦੀ ਵੀ ਤੋ ਲੱਗ ਰਹੀ ਹੈ ਨਾ। ਮਿੱਲ ਮੈਨੇਜਮੈਂਟ ਕਾ ਕੋਈ ਆਸ਼ਵਾਸਨ ਨਹੀਂ ਮਿਲ ਰਿਹਾ ਕਿ ਪੇਮੈਂਟ ਕਰਾਂਗੇ, ਪਰ ਕੋਸ਼ਿਸ਼ ਹੈ ਪੇਮੈਂਟ ਲੈ ਕੇ ਹੀ ਧਰਨਾ ਸਮਾਪਤ ਕਰੇਂਗੇ।
नतीजे तो जी इन्होंने 80 लाख पेमेंट अज पई भी हैगी। उत्थे SHO साहब आप लगे हुए हैं, DSP साहब इस मसले पर आप लगे हुए हैं। बाकी इन्हों भी कह रहे हैं कि मिल वाले कुछ कमिटमेंट करना चाहते हैं गे कि असी 50 लाख 55 लाख असी डेली करके पावे, पर यह तो वध की डिमांड कर रहे हैं गे। तो इसी करके मसला अजे तक उलझा होगा, गलबात जारी है दोनों पास। कद तक मसला हल होने की उम्मीद? असं तो कहने जी जिन्नी जल्दी हो मसला हल उन्नी छेती जाम खुलूगा, उन्नी छेती यह भी करे जाएंगे जी। ठंड का वेल हैगा, तो गलबात दोनों पास चल रही है। इधरों कोई सानू थोड़ा जहा ज़्यादा सख्त ने यह जी अपनी कमिट डिमांड में लैके, तो असी तो टाइम मंग रहे हैं कि भी टाइम दे दो। प्रशासन तो यही कर सकता है जी, होर की गल है। प्रशासन से भी इल्जाम रहे भी समझौता करा आते हैं फिर भज जाते हैं, कोई सख्ती नहीं करता प्रशासन उन्होंने। प्रशासन का अपने लैवल से की कर सकता जी, ये दसो तुम मिल बंद करा सकता है, वो भी पेमेंट नहीं हो सकती। असी तो अपने लैवल से कोई जे कोई नीलामी है वह कोई प्रोसीजर है वो असी DC साहब तो मंजूरी लैके करा सकते हैं, बट उन्होंने भी टाइम चाहिए है 15-3 महीना। तो वो चीज़ में जा तो यह समझन हल तो जी दोनों पासों ही, इन्हों थोड़ा जा सॉफ्ट होना पेगा जी। ट्रैफिक की भी बहुत बड़ी समस्या, बिल्कुल 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 बहुत बड़ी समस्या जी। हादसा भी हो सकता, कुछ भी हो सकता जी। इतने ठंड च बैठे है किसी बीमार हो जाओ, 100 चीज़ा हो सकदियाँ ने जी। असं तो आप लगे हुए हैं कि असं कह रहे हैं भी थोड़ा जहाँ तुम भी सॉफ्ट हो जाओ। तो उधरों असी पेमेंट जो 80 लाख पवाई है अज, तो कल भी वो कह रहे हैं 50-55 लाख पावे, कितने ना कितने इन्हों भी थोड़ा जहा कोऑपरेट करने भी। तो दूजे पासों भी असी सख्ती करा DC साहब तो जो मंजूरी लैके।